बकरी मेला भागी बंदर। दोस्तों इस बार बकरी मेले ते डॉक्टर बलविंदर सिंह टोंगवाली ते उन्हां दी समुची मैनेजमेंट ने विशेष तौर ते शिरकत कीती। काफ़ी सारे बकरे ते बकरियां दी इत्थों खरीदो फरोख्त कीती और उन्होंने डॉक्टर उन्होंने बई गुरप्रीत सिंह काला ते लखवीर सिंह नूं विशेष तौर ते बधाई दित्ती कि वह बहुत चंगा काम कर रहे हैं ते नौजवानों नूं रुजगार दे रहे हैं। हाँ जी, सत श्री अकाल दोस्तों, मैं थोड़ा अपना जसवीर सिद्धू। जिवें कि हर बार साड़ी कोशिश है भी जिहड़े नवें बिजनेस है, नवां सिस्टम है, कैमरामैन कोल अगे आ जाओ, उस चीज़ में असीं लगातार कोशिश कर रहे हैं दिखाउण दी। उहदा कारण की हैगा, क्योंकि एक पासे जिथे साडियां सरकारां हैगियां उह नाकाम हो रहियां ने और सरकारां वल्लों जिहड़े कोई योग कदम नहीं चुके जा रहे जिहड़ी साडी नौजवान पीढ़ी नूं बचाउण लई। सो काफ़ी सारे कारोबार पंजाब दे विच नवे स्टैंड हुए, जिहड़ी नवी यंग जनरेशन है वह नवे कारोबार स्टार्ट कर रही है। उहदा कारण की है भी नवी जिहड़ी जनरेशन है वह चाहुंदी है भी जिथे एक पासे पंजाब सरकार वालों कोई नवे नौकरियां नहीं दित्तियां जा रहियां, उत्थे साडी नौजवान पीढ़ी जिहड़ी उह नवे कारोबारां दे विच आ रही है ते होर लोकां नूं भी नाल साथ लेके स्टैंड हो रही है। सो जिवें आपां देखिया कि भागी बंदर इत्थे बकरा मंडी लगी हुई है, बई बलविंदर सिंह साडी बहुत ही अजीज सत्कारयोग शख्सियत ने, वह बकरी मेला भागी बंदर बई गुरप्रीत सिंह काला लखवीर सिंह लगाउंदे ने उत्थे पहुंचे हुए हैं। आपां बई ने गलबात कर रहे। सत श्री अकाल बई जी। सत श्री अकाल बई जी। पिंडां दी गल टीवी चैनल दा बहुत बहुत धन्यवाद जिहड़े लोकां नूं घरे बैठे नवीं नवीं जानकारी दिंदे आ। ਬਾਈ ਜੀ, ਕੀ ਕਹਿਣਾ ਚਾਹੋਗੇ? ਭਾਵੇਂ ਕਿ ਇਹ ਦੇਖਿਆ ਗਿਆ ਅੱਜ ਮੈਂ ਕਾਫੀ ਦਿਨਾਂ ਬਾਅਦ ਇੱਥੇ ਕਿ ਝੋਨੇ ਕਰਕੇ ਥੋੜ੍ਹਾ ਜਿਹਾ ਰਸ਼ ਹੈ ਜਿਹੜਾ ਮੰਡੀਆਂ ਦੇ ਵਿੱਚ ਘੱਟ ਰਿਹਾ ਹੈਗਾ, ਪਰ ਫਿਰ ਵੀ ਕਿੰਨੇ ਕੁ ਸੌਦੇ ਹੋਏ ਨੇ ਵੀ ਇਸ ਟਾਈਮ ਪੋਜੀਸ਼ਨ ਹੈ ਜਿਹੜੀ ਉਹ ਕਿੰਨੀ ਕੁ ਹੈ? ਬਾਈ ਜੀ, ਬਹੁਤ ਵਧੀਆ ਪੋਜੀਸ਼ਨ ਆ, ਵਧੀਆ ਸੌਦੇ ਹੋ ਰਹੇ ਆ। ਠੀਕ ਹੈ, ਥੋੜ੍ਹਾ ਜਿਹਾ ਲੋਕ ਤੁਹਾਨੂੰ ਪਤਾ ਕੰਮ ਦੀ ਰੁੱਤ ਆ ਉਹਦੇ ਕਰਕੇ ਥੋੜ੍ਹਾ ਹਾਂ ਬਿਜ਼ੀ ਆ, ਪਰ ਇੱਦੋਂ ਬਾਅਦ ਤੁਸੀਂ ਦੇਖੋਗੇ ਇੰਨੇ ਕੁ ਫਾਰਮ ਬਣ ਰਹੇ ਆ ਮੇਰੇ ਕੋਲ, 20-20 ਬੰਦੇ ਡੇਲੀ ਆ ਕੇ ਜਾਂਦੇ ਆ ਨਵੇਂ ਨਵੇਂ ਫਾਰਮ ਬਣਾਉਣ ਵਾਲੇ। ਠੀਕ ਹੈ ਜੀ। ਹਾਂ, ਆਪਾਂ ਰਲ ਮਿਲ ਕੇ ਹੰਬਲਾ ਮਾਰੀਏ, ਪੰਜਾਬ ਨੂੰ ਲੋੜ ਆ ਨਵੇਂ ਨਵੇਂ ਸਹਾਇਕ ਧੰਦਿਆਂ ਦੀ, ਥੋੜ੍ਹਾ ਜਿਹਾ ਆਪਾਂ ਪਰਾਲੀ ਨੂੰ ਸਾੜਨ ਤੋਂ ਗੁਰੇਜ਼ ਕਰੀਏ, ਕਿਉਂਕਿ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੋਇਆ, ਕਾਫੀ ਕੁਛ ਲਿਖਿਆ ਗਿਆ ਹੈਗਾ ਜੀ, ਕਹਿੰਦੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਬਿਲਕੁਲ, ਜੇ ਆਪਾਂ ਤਿੰਨਾਂ ਚੀਜ਼ਾਂ ਦੀ ਕਦਰ ਨਾ ਕਰਾਂਗੇ ਕਿਤੇ ਨਾ ਕਿਤੇ ਜਾ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਆਪਾਂ ਕੁਛ ਵੀ ਬਾਕੀ ਨਹੀਂ ਛੱਡਾਂਗੇ। ਪ੍ਰਦੂਸ਼ਣ ਆਪਾਂ ਕਰਤਾ, ਹਵਾ ਨੂੰ ਅੱਜ ਆਪਾਂ ਦੂਸ਼ਣ ਕਰਤਾ, ਧਰਤੀ ਨੂੰ ਆਪਾਂ ਖਤਮ ਕਰਤਾ, ਪਾਣੀ ਨੂੰ ਆਪਾਂ ਖਤਮ ਕਰਤਾ, ਆਪਣੇ ਕੋਲ ਕੁਛ ਨਹੀਂ ਰਿਹਾ। ਬਿਲਕੁਲ, ਠੀਕ ਹੈ। ਮੈਂ ਇੱਕ ਛੋਟੀ ਜਿਹੀ ਨਾਲ ਰਾਏ ਵੀ ਦੇਊਂਗਾ ਵੀ ਜਿਨ੍ਹਾਂ ਦੇ ਵੀ ਕੋਈ ਮੇਰੇ ਵੀਰਾਂ ਦੇ ਝੋਨਾ ਗਾ, ਠੀਕ ਆ, ਉਹ ਕੋਸ਼ਿਸ਼ ਕਰਨ ਵੀ ਪਰਾਲੀ ਦੀਆਂ ਗੱਠਾਂ ਬਣਾ ਕੇ ਗਊਸ਼ਾਲਾ ਨੂੰ ਦਾਨ ਕੀਤੀਆਂ ਜਾਣ, ਉਹ ਨਾਲ ਤਾਂ ਉਹ ਜਾਨਵਰ ਉੱਥੇ ਮਰ ਰਹੇ ਆ ਜੀ, ਉਹਨਾਂ ਦਾ ਨਾਲ ਤਾਂ ਪੁੰਨ ਦਾ ਪੁੰਨ, ਨਹੀਂ ਤਾਂ ਵਿਕਦੀ ਵੀ ਆ, ਇਹਦੀ ਤੂੜੀ ਬਣਾ ਕੇ ਤੁਸੀਂ ਵੇਚ ਵੀ ਸਕਦੇ ਹੋ, ਇਹਦੀ ਗਿੱਟੀ ਬਣਾ ਕੇ ਵੀ ਵੇਚ ਸਕਦੇ ਹੋ ਜੀ, ਇਹਦਾ ਅਚਾਰ ਵੀ ਬਣਦਾ, ਜੇ ਆਪਾਂ ਮੱਕੀ ਦਾ ਅਚਾਰ ਪਾਉਂਦੇ ਹਾਂ ਇਹਦਾ ਅਚਾਰ ਵੀ ਬਣਦਾ ਗਾ ਜੀ। ਇਹ ਚੀਜ਼ਾਂ ਵੱਲ ਇਹਨੂੰ ਕੋਸ਼ਿਸ਼ ਕਰੋ ਆਪਾਂ ਵਰਤੋਂ 'ਚ ਲੈਣ ਦੀ ਜੀ, ਇਹਨੂੰ ਆਪਾਂ ਬਰਬਾਦ ਨਾ ਕਰੋ, ਕਿਉਂਕਿ ਉਹਦੇ ਨਾਲ ਆਪਣੀ ਜਿਹੜੀ ਧਰਤੀ ਦੀ ਉਪਜਾਊ ਸ਼ਕਤੀ ਉਹ ਖਤਮ ਹੁੰਦੀ ਆ, ਮਿੱਤਰ ਕੀੜੇ ਸਾਰੇ ਖਤਮ ਹੁੰਦੇ ਆ, ਵਾਤਾਵਰਨ ਜਿਹੜੇ ਹਵਾ ਨੂੰ ਜ਼ਹਿਰੀਲਾ ਕਰਦੇ ਆਪਾਂ, ਕਿਉਂਕਿ ਆਉਣ ਵਾਲੇ ਆਪਾਂ ਤਾਂ ਆਪਣੀ ਜ਼ਿੰਦਗੀ ਭੋਗ ਕੇ ਚਲੇ ਜਾਵਾਂਗੇ, ਆਉਣ ਵਾਲੇ ਬੱਚੇ ਆਪਾਂ ਨੂੰ ਪੁੱਛਣਗੇ ਵੀ ਤੁਸੀਂ ਸਾਨੂੰ ਦਿੱਤਾ ਕੀ ਆ, ਵੀ ਤੁਹਾਡੇ ਜਿਹੜੇ ਪਿਓ ਸੀ ਉਹਨਾਂ ਨੇ ਤੁਹਾਨੂੰ ਬਹੁਤ ਕੁਝ ਦਿੱਤਾ ਸੀ, ਪਰ ਤੁਸੀਂ ਕੀ ਦਿੱਤਾ? ਬਿਲਕੁਲ, ਹਾਂ ਜੀ। ਜਿਵੇਂ ਬਾਈ ਜੀ, ਮਾਲਵੇ ਦੇ ਪ੍ਰਸਿੱਧ ਜੇਕਰ ਆਪਾਂ ਗੱਲ ਕਰੀਏ, ਤੁਹਾਡਾ ਬਹੁਤ ਸੋਹਣਾ ਮੇਲਾ ਲੱਗਦਾ ਮਾਲਵੇ ਖੇਤਰ ਦਾ, ਕੀ ਹੁਣ ਤੱਕ ਜਿਹੜੀਆਂ ਬੱਕਰੀ ਪਾਲਕਾਂ ਨੂੰ ਸਮੱਸਿਆਵਾਂ ਆ ਰਹੀਆਂ ਸਰਕਾਰ ਵੱਲੋਂ, ਜਿਵੇਂ ਖੇਤੀਬਾੜੀ 'ਤੇ ਵੀ ਬਹੁਤ ਘੱਟ ਸਿਸਟਮ ਹੈ, ਮੱਝਾਂ 'ਤੇ ਹੈ, ਗਾਈਆਂ 'ਤੇ ਸਬਸਿਡੀ ਹੈ, ਵੀ ਬੱਕਰੀ ਪਾਲਣ 'ਤੇ ਮੁੰਡੇ ਸਰਟੀਫਿਕੇਟ ਵੀ ਬਣਾ ਲੈਂਦੇ ਯੂਨੀਵਰਸਿਟੀਆਂ 'ਤੇ, ਜਿਵੇਂ ਕਾਲ ਚੜ੍ਹਾਣੀ ਯੂਨੀਵਰਸਿਟੀ ਹੈ, ਪਰੰਤੂ ਉੱਥੇ ਲੋਨ ਵਗੈਰਾ ਨਹੀਂ ਮਿਲਦਾ, ਜੇ ਮਿਲ ਜਾਵੇ ਤਾਂ ਸਬਸਿਡੀ ਨਹੀਂ। ਵੀ ਤੁਸੀਂ ਪੰਜਾਬ ਸਰਕਾਰ ਨੂੰ ਕੋਈ ਬੇਨਤੀ, ਕੋਈ ਹੁਣ ਤੱਕ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਯਾਰ ਜਿਹੜੇ ਸਾਡੇ ਬੱਕਰੀ ਪਾਲਕ ਵੀਰ ਆ ਉਹਨਾਂ ਦਾ ਕੋਈ ਫਾਇਦਾ ਹੋ ਸਕੇ? ਇੱਕ ਹੁਣ ਜਿਵੇਂ ਆਪਣੇ ਛੋਟੇ ਪੱਧਰ 'ਤੇ ਸਾਡੇ ਬੱਕਰੀ ਪਾਲਕ ਹੈ ਜੀ, ਉਹ ਫਾਰਮ ਬਣਾਉਣਾ ਚਾਹੁੰਦੇ, ਨੌਲੇਜ ਬੜੀ ਤਕੜੀ ਉਹਨਾਂ ਕੋਲ, ਨੌਲੇਜ ਬੜੀ ਵੱਡੀ ਹੈ, ਪਰ ਘੱਟੋ ਘੱਟ 10-15 ਲੱਖ ਰੁਪਇਆ ਇਨਵੈਸਟ ਕਰਨਾ ਚਾਹੀਦਾ ਇਸ ਖੇਤਰ ਦੇ ਵਿੱਚ ਜੇ ਵੱਡੇ ਪੱਧਰ 'ਤੇ ਲਿਜਾਣਾ ਚਾਹੁੰਦੇ ਹਾਂ ਜੀ, ਕੋਈ ਹੈ ਤੁਹਾਡਾ ਇਸ ਤਰ੍ਹਾਂ ਦਾ ਸਰਕਾਰ? ਜੀ ਬਾਈ ਜੀ, ਮੈਂ ਪਿਛਲੇ ਦਿਨੀ ਮਾਨਯੋਗ ਮਿਨਿਸਟਰ ਕੁਲਦੀਪ ਧਾਲੀਵਾਲ ਜੀ ਨੂੰ ਮਿਲ ਕੇ ਆਇਆ ਗਾ, ਪਸ਼ੂ ਪਾਲਣ ਵਿਭਾਗ ਦੇ ਮਿਨਿਸਟਰ ਆ ਜੀ, ਦੂਜੀ ਮੁਲਾਕਾਤ ਸੀ ਮੇਰੀ ਹੁਣ ਜੀ, ਉਹ ਇਸ ਚੀਜ਼ 'ਤੇ ਵਰਕ ਕਰ ਰਹੇ ਆ ਜੀ, ਉਹ ਇਹੋ ਜਿਹੇ ਪਲਾਨ ਲੈ ਕੇ ਆ ਰਹੇ ਆ ਵੀ ਨੌਜਵਾਨ ਜਿਹੜਾ ਬਾਹਰ ਜਾ ਰਿਹਾ ਕਿਉਂ ਨਾ ਆਪਦਾ ਰੁਜ਼ਗਾਰ ਇੱਥੇ ਪੈਦਾ ਕੀਤਾ ਜਾਵੇ। ਤੁਹਾਨੂੰ ਪਤਾ ਹੈਗਾ ਵੀ ਯਾਰ ਬਾਹਰ ਜਾ ਕੇ ਬਹੁਤ ਬਹੁਤ ਦੁੱਖ ਤਕਲੀਫਾਂ ਨੇ, ਜੇ ਆਪਾਂ ਕਹਿ ਦਈਏ ਬਈ ਬਾਹਰ ਜਾ ਕੇ ਅਸੀਂ ਅਸੀਂ ਪੈਸਾ ਬਣ ਜਾਂਦਾ, 20-20 ਸਾਲ ਲੋਕ 20-20 ਘੰਟੇ ਲੋਕ ਕੰਮ ਕਰਦੇ ਆ, ਕਈ ਇਹੋ ਜਿਹੇ ਪਰਿਵਾਰ ਬੈਠੇ ਜਿਹਨੂੰ 20-20 ਸਾਲ ਕਰਨ ਗਿਆਨ ਹੋ ਗਿਆ, ਪਿੰਡ ਦਾ ਮੂੰਹ ਤੱਕ ਨਹੀਂ ਦੇਖਿਆ। ਪਾਤਰ ਸਾਹਿਬ ਦੀਆਂ ਇਹ ਚੀਜ਼ਾਂ ਨੂੰ ਦੇਖ ਕੇ ਲੈਣਾ ਕੁਛ ਜ਼ਿਆਦਾ ਆ ਜਾਂਦੀਆਂ, ਕਹਿੰਦਾ ਜੋ ਵਿਦੇਸ਼ਾਂ 'ਚ ਰੁਲਦੇ ਨੇ ਰੋਜ਼ੀ ਲਈ ਜਦੋਂ ਪਰਤਣਗੇ ਆਪਣੇ ਦੇਸ਼ ਕਦੀ, ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ, ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ, ਕੁਝ ਕਹਿ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਹੇ ਤਾਂ ਸਮਾਧਾਨ ਕੀ ਕਹਿਣਗੇ। ਠੀਕ ਹੈ ਮਿੱਤਰ ਪਿਆਰੋ, ਕਿੰਨੇ ਬੱਚੇ ਇਹੋ ਜਿਹੇ ਆ ਜਿਹਨਾਂ ਦਾ ਮਾਂ ਪਿਓ ਬਾਅਦ 'ਚ ਗੁਜ਼ਰ ਜਾਂਦਾ ਬਾਹਰ ਗਿਆ ਤੋਂ,
ਤੇ ਉਹ ਆਪਦੇ ਸੰਸਕਾਰ ਤੇ ਵੀ ਨਹੀਂ ਆ ਸਕਦੇ, ਫੁੱਲਾਂ ਤੇ ਵੀ ਨਹੀਂ ਆ ਸਕਦੇ, ਭੋਗ ਤੇ ਵੀ ਨਹੀਂ ਆ ਸਕਦੇ। ਚਾਰ ਪੰਜ ਸਾਲਾਂ ਬਾਅਦ ਜਦੋਂ ਵਾਪਸ ਆਉਂਦੇ ਆ ਤੇ ਉੱਥੇ ਜਾ ਕੇ ਆਪਦੇ ਮਾਂ ਦੇ ਜਾਂ ਪਿਓ ਦੇ ਸੀਗੇ ਨੂੰ ਜ਼ਰੂਰ ਦੇਖਣ ਜਾਂਦੇ। ਅਤੇ ਬਾਈ ਜੀ ਆਪਣੇ ਬਾਈ ਗੁਰਪ੍ਰੀਤ ਨਵਾਂ ਉਪਰਾਲਾ, ਕਾਲਾ ਸਿੰਘ ਲਖਵੀਰ, ਇਹਨਾਂ ਦਾ ਉਪਰਾਲਾ ਵੀ ਬੱਕਰੀ ਪਾਲਣ ਦਾ ਜਿਗਰਾ ਜਿਹਾ ਕਰਕੇ ਇਹਨਾਂ ਨੇ ਕੰਮ ਕੀਤਾ, ਵੀ ਜੇ ਸਪੋਰਟ ਮਿਲ ਗਈ ਤਾਂ ਅੱਗੇ ਚੱਲਾਂਗੇ, ਕੀ ਇਹਨਾਂ ਨੂੰ ਕੀ ਸੁਜੈਸ਼ਨ ਹੈ, ਸਲਾਹ ਕੀ ਦਿੰਦੇ? ਵੀਰ ਜੀ ਬਹੁਤ ਵਧੀਆ ਕੰਮ ਆ ਇਹਨਾਂ ਦਾ, ਮੰਡੀ ਲਾ ਰਿਹਾ, ਮੰਡੀ ਦਾ ਵੀ ਬਹੁਤ ਵਧੀਆ ਕੰਮ ਆ, ਆਪਣੇ ਫਾਰਮ ਵੀ ਬਹੁਤ ਚੰਗੇ ਆ ਇਹਨਾਂ ਦੇ, ਵਧੀਆ ਕੰਮ ਆ, ਨੌਜਵਾਨਾਂ ਨੂੰ ਨਵੀਂ ਸੇਧ ਦੇ ਰਹੇ ਆ, ਕਿਉਂਕਿ ਸੇਧ ਨਾਲ ਹੀ ਕੁਛ ਸਿੱਖਣ ਨੂੰ ਮਿਲਦਾ ਵਾ, ਕਿਸੇ ਨੂੰ ਕੁਛ ਪਤਾ ਲੱਗੂਗਾ ਕੰਮਾਂ ਬਾਰੇ, ਫਿਰ ਹੀ ਅਗਲਾ ਗਾਹਾਂ ਕਰਦਾ ਵਾ, ਹੈ ਨਾ, ਇਕੱਲੀਆਂ ਗੱਲਾਂ ਨਾਲ ਨਹੀਂ, ਕੁਛ ਕਰਨ ਨਾਲ ਸਾਰੇ, ਹਾਂ ਹਿੰਮਤ ਨਾਲ ਅਤੇ ਕੁਛ ਕਰਨ ਨਾਲ ਹੀ ਅੱਗੇ ਵਧਾਂਗੇ। ਇਹਨਾਂ ਨੇ ਬਹੁਤ ਸੋਹਣੀ ਹਿੰਮਤ ਮਾਰੀ ਆ, ਮੰਡੀ ਚੱਲ ਰਹੀ ਆ ਇਹਨਾਂ ਦੀ, ਮੰਡੀ ਬਹੁਤ ਵਧੀਆ ਭਰਦੀ ਆ, ਐਤਵਾਰ ਨੂੰ ਮੰਡੀ ਲੱਗਦੀ ਆ, ਵੱਧ ਤੋਂ ਵੱਧ ਲੋਕ ਆਇਆ ਕਰਨ, ਇਹਨਾਂ ਦਾ ਸਾਥ ਦੇਣ, ਕਿਉਂਕਿ ਮੰਡੀਆਂ ਲੋਕਾਂ ਲਈ ਆ, ਇਕੱਲੇ ਇਹਨਾਂ ਨੇ ਆਪਣੇ ਲਈ ਥੋੜ੍ਹਾ ਲੈਣਾ, ਲੋਕ ਆਉਣਗੇ ਤਾਂ ਮੰਡੀ। ਹਾਂਜੀ ਸ਼ੁਕਰੀਆ, ਮਿਹਰਬਾਨੀ। ਸੋ ਕੈਮਰਾਮੈਨ ਸਮੂਹ ਇਸ ਸਾਈਡ ਆ ਜਾਓ। ਸੋ ਇਹ ਸੀ ਬਾਈ ਬਲਵਿੰਦਰ ਸਿੰਘ ਟੁੰਗ ਵਾਲੀ, ਉਹਨਾਂ ਨੇ ਵਧਾਈ ਦਿੱਤੀ ਆ ਬਾਈ ਗੁਰਪ੍ਰੀਤ ਸਿੰਘ ਕਾਲਾ ਨੂੰ, ਬਾਈ ਡਾਕਟਰ ਬਾਈ ਲਖਵੀਰ ਸਿੰਘ ਨੂੰ। ਇਸ ਤਰ੍ਹਾਂ ਦੇ ਮੇਲੇ ਆ ਜਿਹੜੇ, ਤੁਹਾਨੂੰ ਵੀ ਅਪੀਲ ਕਰਦੇ ਹਾਂ ਕਿ ਇਹਨਾਂ ਮੇਲਿਆਂ ਦੇ ਵਿੱਚ ਜ਼ਰੂਰ ਪਹੁੰਚ ਕਰੋ, ਤਾਂ ਕਿ ਤੁਹਾਡੀ ਆਉਣ ਵਾਲੀ ਜਿਹੜੀ ਨਵੀਂ ਜਨਰੇਸ਼ਨ ਹੈ, ਤੁਹਾਡੇ ਬੱਚੇ ਆ, ਉਹ ਇਸ ਖੇਤਰ 'ਚ ਆ ਕੇ ਚੰਗੀ ਕਮਾਈ ਕਰ ਸਕਣ ਅਤੇ ਪਰਿਵਾਰ ਦਾ ਜਿਹੜਾ ਗੁਜ਼ਾਰਾ ਵਧੀਆ ਕਰ ਸਕਣ। ਸੋ ਬਹੁਤ ਵਧੀਆ ਖੇਤਰ ਹੈ, ਇਸ ਖੇਤਰ 'ਚ ਨਵੀਂ ਜਨਰੇਸ਼ਨ ਨੂੰ ਜਿਹੜਾ ਆਉਣਾ ਚਾਹੀਦਾ। ਬਾਕੀ ਤੁਹਾਨੂੰ ਆਪਾਂ ਦਿਖਾਉਂਦੇ ਹਾਂ ਪਿੰਡਾਂ ਦੀ ਗੱਲ ਟੀ ਵੀ ਚੈਨਲ 'ਤੇ ਸਾਰੀ। ਸੋ ਬਾਈ ਗੁਰਪ੍ਰੀਤ ਸਿੰਘ ਕਾਲਾ ਆਪਣੇ ਨਾਲ ਜੁੜੇ ਹੋਏ, ਆਪਾਂ ਗੱਲਬਾਤ ਕਰਦੇ, ਬਹੁਤ ਸੋਹਣਾ ਮੇਲਾ ਜਿਹੜਾ ਐਤਵਾਰ ਨੂੰ ਤਲਵੰਡੀ ਸਾਬੋ ਦੇ ਨਜ਼ਦੀਕ ਭਾਗੀ ਬੰਦਰ ਪਿੰਡ ਭਰਦਾ ਹੈਗਾ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਬਾਈ ਜੀ, ਸਾਡਾ ਬਾਈ ਜੀ ਇਸ ਚੈਨਲ ਦਾ, ਸਾਡੇ ਮੇਲੇ ਵਿੱਚ, ਪਿੰਡਾਂ ਦੇ ਵਿੱਚ ਗੱਲ, ਅਤੇ ਤੁਹਾਡਾ ਧੰਨਵਾਦ ਕਰਦੇ ਹਾਂ ਬਾਈ ਪਹੁੰਚਣ ਦੇ। ਅੱਜ ਬਾਈ ਬਲਵਿੰਦਰ ਸਿੰਘ ਵੀ ਆਏ ਹੋਏ, ਤੁਹਾਨੂੰ ਵਧਾਈ ਦਿੱਤੀ ਹੈ ਵੀ ਯਾਰ ਨਵੇਂ ਨੌਜਵਾਨ ਹੋ, ਵਧੀਆ ਉਪਰਾਲਾ ਕੀਤਾ, ਸੋਹਣਾ ਉਪਰਾਲਾ ਕੀਤਾ ਤੁਸੀਂ ਬਾਈ ਲਖਵੀਰ ਨੇ, ਅਤੇ ਕਿੰਨੇ ਕੁ ਨੌਜਵਾਨ ਆਉਂਦੇ ਆ ਕੋਈ ਨਵਾਂ ਕੰਮ ਕਰਨ ਦੇ, ਕਿੰਨੇ ਕੁਛ ਕਹਿ ਲਓ ਬਾਈ ਜੀ? ਸਾਡੇ ਕੋਲ ਸਰਦਾਰ ਬਲਵਿੰਦਰ ਸਿੰਘ ਜੀ ਤੁੰਗਵਾਲੀ ਸਾਹਿਬ ਅੱਜ ਪਹੁੰਚੇ ਆ, ਸਾਨੂੰ ਬਾਈ ਜੀ ਚਾਈ ਚੜ੍ਹਿਆ ਪਿਆ ਦੋਨੇ ਭਰਾਵਾਂ ਨੂੰ, ਵੀ ਬੜੇ ਮਾਣ ਵਾਲੀ ਗੱਲ ਆ ਵੀ ਸਾਡੇ ਕੋਲ ਪਹੁੰਚੇ ਨੇ। ਅਸੀਂ ਬਾਈਆਂ ਨੂੰ ਬੇਨਤੀ ਕਰੀ ਵੀ ਸਾਡੇ ਕੋਲ ਵੀ ਕੁਛ ਸਮਾਂ ਬਤੀਤ ਕਰਕੇ ਆਓ ਤੁਸੀਂ, ਮੇਲਾ ਸਾਡਾ ਦੇਖੋ, ਪਰ ਬਾਈ ਸਾਨੂੰ ਬੜੀ ਖੁਸ਼ੀ ਆ ਕਿ ਬਾਈ ਸਾਡੇ ਕੋਲ ਪਹੁੰਚੇ ਨਾ, ਅਤੇ ਅਸੀਂ ਬਾਈ ਦਾ, ਤੁੰਗਵਾਲੀ ਸਾਹਿਬ ਦਾ, ਸਰਦਾਰ ਬਲਵਿੰਦਰ ਸਿੰਘ ਚੇਅਰਮੈਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ। ਕਾਲੇ ਬਾਈ ਕਿੰਨੀ ਕੁ ਸੰਤੁਸ਼ਟੀ ਹੈ ਵੀ ਯਾਰ, ਕਾਫੀ ਸਾਰੇ ਨੌਜਵਾਨ ਆਉਂਦੇ ਸੌਦਾ ਕਰਦੇ, ਕਿਸੇ ਨੂੰ 500 ਵੱਜ ਗਿਆ, ਕਿਸੇ ਨੂੰ 200, ਕਿਸੇ ਨੂੰ 2000, ਕਿਸੇ ਨੂੰ 3000, ਤੇ ਹੋਰ ਕੋਈ ਪਕੌੜਿਆਂ ਦੀ ਰੇਹੜੀ ਲਾਈ ਬੈਠਾ, ਕੋਈ ਹੋਰ ਚਾਹ ਦਾ ਕਰੀ ਬੈਠਾ ਹੈਗਾ, ਕਾਫੀ ਸਾਰੇ ਬਾਈ ਜੀ। ਸਾਨੂੰ ਬਹੁਤ ਖੁਸ਼ੀ ਹੁੰਦੀ ਆ, ਆਪਣਾ 24 ਘੰਟੇ ਬਾਈ ਜੀ, ਸੋਰੀ 12 ਘੰਟੇ, ਸਾਰਾ ਦਿਨ ਲੰਗਰ ਚਾਹ ਪਾਣੀ ਦਾ ਬਾਈ ਜੀ ਕੰਮ ਚੱਲਦਾ, ਅਸੀਂ ਆਪਦਾ ਹੱਥੀ ਸੇਵਾ ਕਰਦੇ ਹਾਂਗੇ, ਸਾਨੂੰ ਬਲਦੇ ਇਹੀ ਖੁਸ਼ੀ ਆ ਲੰਗਰ ਦੀ। ਦੂਜੇ ਨੰਬਰ 'ਤੇ ਬਹੁਤ ਸਾਰੇ ਇੱਥੇ ਜਿਹੜੇ ਜਿੰਨੇ ਬੱਕਰੀ ਪਾਲਕ ਵੀਰ ਆਉਂਦੇ ਆ ਬਾਈ ਜੀ, ਅਤੇ ਉਹ ਸਾਰੇ 2-2, 4-4 ਹਜ਼ਾਰ, 2-2 ਹਜ਼ਾਰ ਵੀ ਕਮਾ ਕੇ ਲੈ ਕੇ ਆਉਂਦੇ ਆ, ਰੇਹੜੀਆਂ ਵਾਲੇ ਵੀਰ ਹੋ ਗਏ, ਆ ਭੁੰਡੀਆਂ ਵਾਲੇ ਹੋ ਗਏ, ਦੂਜੀਆਂ ਰੇਹੜੀਆਂ ਵਾਲੇ ਆਮ ਹੋ ਗਏ, ਅਤੇ ਬਾਈ ਜੀ ਅਸੀਂ ਲਗਭਗ ਸਾਡੀ ਮਿੰਡ ਦੇ ਹਿਸਾਬ ਨਾਲ ਵੀ ਘੱਟੋ ਘੱਟ 150-200 ਬੰਦੇ ਨੂੰ ਰੁਜ਼ਗਾਰ ਦੇ ਚੁੱਕੇ ਹਾਂ। ਪੂਰੀ ਸੰਤੁਸ਼ਟੀ ਬਹੁਤ ਆਉਂਦੇ ਆ ਬਾਈ ਜੀ, ਜਿਵੇਂ ਹੁਣ ਸਾਡੇ 10-10, 15-15 ਇਕੱਠੇ ਸੌਦੇ ਹੁੰਦੇ ਨਾ, ਜਦੋਂ ਅਸੀਂ ਕੰਮ ਚਲਾਇਆ ਸੀ ਸਾਡੇ 1-2 ਸੌਦੇ ਹੁੰਦੇ ਸੀ, ਹੁਣ ਬਾਈ ਸਾਡੇ 15-15 ਸੌਦੇ ਵੀ ਲਗਾਤਾਰ ਹੋਣ ਲੱਗ ਗਏ, ਵੀ ਇਹਨੇ ਫਾਰਮ ਬਣੀ ਜਾਂਦੇ ਆ, ਵੀ ਬਹੁਤ ਵਧੀਆ ਕੰਮ ਚੱਲ ਪਿਆ। ਸ਼ੁਕਰੀਆ ਬਾਈ, ਧੰਨਵਾਦ। ਸੋ ਕੈਮਰਾਮੈਨ ਨੂੰ ਕਹੂੰਗਾ। ਸੋ ਇਹ ਸੀ ਬਾਈ ਗੁਰਪ੍ਰੀਤ ਸਿੰਘ ਕਾਲਾ, ਬਹੁਤ ਸੋਹਣਾ ਕੰਮ ਚੱਲਿਆ, ਕਾਫੀ ਸਾਰੇ ਨੌਜਵਾਨਾਂ ਨੂੰ ਜਿਹੜਾ ਰੁਜ਼ਗਾਰ ਹੈ ਉਹ ਮਿਲਿਆ ਹੋਇਆ ਇਸ ਖੇਤਰ ਵੱਲ, ਜਿਹੜੇ ਕਿਸਾਨ ਵੀਰ ਆ ਜਾਂ ਆਮ ਪਿੰਡ ਦੇ ਮੱਧ ਵਰਗੀ ਲੋਕ ਆ, ਉਹਨਾਂ ਨੂੰ ਆਉਂਦੇ ਰਹਿਣਾ ਚਾਹੀਦਾ। ਇਹ ਛੋਟੇ ਪੱਧਰ ਤੋਂ ਕਾਰੋਬਾਰ ਸਟਾਰਟ ਕੀਤਾ, ਜਿਹਦਾ ਐਂਡ ਕਿਤੇ ਨੇ ਜਿਹਨੂੰ ਬੜੇ ਵੱਡੇ ਪੱਧਰ ਤੱਕ ਲਿਜਾਇਆ ਜਾ ਸਕਦਾ। ਸੋ ਇਹੀ ਸੁਜੈਸ਼ਨ ਹੈ ਪਿੰਡੇ ਦੀ ਗੱਲ ਟੀ ਵੀ ਚੈਨਲ ਵੱਲੋਂ, ਵੀ ਨਵੇਂ ਖੇਤਰਾਂ ਵੱਲ ਜਿਹੜੇ ਕਿਸਾਨ ਵੀਰ ਆ ਉਹਨਾਂ ਨੂੰ ਆਉਣਾ ਚਾਹੀਦਾ।